ਯੂਕਰੇਨ ਦੀ ਤਾਰੀਖ ਦੀ ابتداء ریاست ਕੀਵਨ ਰਸ ਤੇ ਉਸ ਦੇ دارুল ਖਿਲਾਫਾ ਕੀਵ ਨਾਲ ਹੁੰਦੀ ਹੈ 14ਵੀ ਸਦੀ ਦੇ ਵਸਤ ਵਿੱਚ ਤਤਾਰੀ ਲਸ਼ਕਰ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ہمسایہ ملک ਨੇ ਰੂਸ ਦੇ ਉੱਤੇ ਕਬਜ਼ਾ ਕਰ ਲਿਆ اسی ਅਸਨਾ ਵਿੱਚ ریاست ਰੂਸ ਇੱਕ ਤਾਕਤਵਰ ਹਰੀਫ ਬਣ ਕੇ ਉੱਭਰੀ ਯੂਕਰੇਨੀਆ ਨੇ ਵੱਡੀ ਤਦਾਦ ਦੇ ਨਾਲ ਇੱਕ ਬਣ ਕੇ ਇਸ ਖਿੱਤੇ ਵਿੱਚ ਇੱਕ ਤਾਕਤਵਰ ریاست ਤੇ ਰਜਾਕਾਰ ਫੌਜ ਨੂੰ ਤਸ਼ਕੀਲ ਦਿੱਤਾ ਕੁਝ ਅਰਸੇ ਬਾਅਦ ਯੂਕਰੇਨ ਰੂਸ ਯੂਕਰੇਨ ਰੂਸ ਤੇ ਹੈਸਬਰਗ ਆਸਟਰੀਆ ਸਲਤਨਾ ਦੇ ਦਰਮਿਆਨ ਤਕਸੀਮ ਹੋ ਗਿਆ ਲੇਕਿਨ ਜਜ਼ਬੇ ਆਜ਼ਾਦੀ ਤੋਂ ਸਰਸ਼ਾਰਸ ਕਜ਼ਾਕਾ ਨੇ ਇੰਨੀ ਜਦੋਜਹਿਦ ਜਾਰੀ ਰੱਖੀ ਤਬਿਲ ਅਖੀਰ 1918 ਵਿੱਚ ਆਜ਼ਾਦੀ ਹਾਸਲ ਕਰ ਲਈ ਇਸ ਤੋਂ ਬਾਅਦ ਰੂਸ ਨੇ ਆਪਣੀ ਅਸਕਰੀ ਕੂਵਤ ਦਾ ਇਸਤੇਮਾਲ ਕਰਦਿਆਂ ਹੋਇਆਂ ਯੂਕਰੇਨ ਤੇ ਕਬਜ਼ਾ ਕਰਕੇ ਇਸ ਨੂੰ ਇੱਕ ਸੋਸ਼ਲਿਸਟ ਸੋਵੀਅਤ ਸਿਆਸਤ ਵਿੱਚ ਤਬਦੀਲ ਕਰ ਦਿੱਤਾ ਬਿਲਸ਼ਕੋ ਦੀ ਨਵੀਂ ਹਕੂਮਤ ਨੇ ਯੂਕਰੇਨੀਆਂ ਨੂੰ ਦਬਾਅ ਪਾਇਆ ਔਰ ਉਸ ਦੇ ਅਨਾਜ ਤੇ ਜ਼ਖਾਇਰ ਦੇ ਉੱਤੇ وسیਪੇ ਮਾਣੇ ਵਿੱਚ ਕਬਜ਼ਾ ਕਰਕੇ ਇੱਕ ਸਨੂਈ ਕਹਿਦ ਦੇ ਜ਼ਰੀਏ ਲੱਖਾਂ ਯੂਕਰੇਨੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਦਰਦਨਾਕ ਸਾਨਹੇ ਨੂੰ ਹੋਲਡੋਮੋਰ ਦੇ ਨਾਤੇ ਯਾਦ ਕੀਤਾ ਜਾਂਦਾ ਹੈ ਸੋਵੀਅਤ ਸੋਸ਼ਲਿਸਟ ਰਿਆਸਤ ਦੇ ਬੇਅੰਤਹਾ ਜ਼ੁਲਮ ਦੇ ਬਾਵਜੂਦ ਯੂਕਰੇਨ ਦੇ ਲੋਕਾਂ ਨੇ ਸੋਵੀਅਤ ਸੋਸ਼ਲਿਸਟ ਦੇ ਟੁੱਟਣ ਤੋਂ ਬਾਅਦ 1991 ਵਿੱਚ ਦੁਬਾਰਾ ਆਜ਼ਾਦੀ ਹਾਸਲ ਕਰ ਲਈ 2004 ਦੇ ਵਿੱਚ ਤਰੀਹੀ ਇਨਕਲਾਬ ਵਾਕਿਆ ਹੋਇਆ ਜਿਸ ਵਿੱਚ ਲੋਕਾਂ ਨੇ ਪ੍ਰੋ ਰੂਸੀ ਕੂਫਤਾ ਦੀ ਬਨਾਤੇ ਸਜਦਾਰਤੀ ਇਲੈਕਸ਼ਨ ਵਿੱਚ ਫਰਾਡ ਦੇ ਖਿਲਾਫ ਪਰ ਅਮਨ ਇحتਜਾਜ ਕੀਤਾ ਕੁਛ ਪੇਸ਼ ਰਫਤ ਹੋਵੀ ਤੇ ਪਰ ਰੂਸੀ ਦਬਾਅ ਜਾਰੀ ਰਿਹਾ ਤੇ ਯੂਕਰੇਨ ਦੀ ਮਾਅਸੀ ਬਦਹਾਲੀ ਦਾ ਸ਼ਿਕਾਰ ਹੋ ਗਿਆ ਸਨ 120 ਵਿੱਚ ਜਦੋਂ ਪ੍ਰੋ ਰੂਸੀ ਸਦਰ ਵੈਕਟਰ ਯੰਗੋ ਜੋਰਪੀ ਲਹਾਕ ਦੇ معاہدੇ ਤੇ ਦਸਤਖਤ ਤੋਂ ਇਨਕਾਰ ਕੀਤਾ ਤਾਂ ਲੋਕਪੁਰ ਅਮਨ ਇحتਜਾਜ ਵਾਸਤੇ ਖੜੇ ਹੋ ਗਏ ਇਸ ਨੂੰ ਯੂਰੋ ਮੈਦਾਨ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ ਹਕੂਮਤ ਦੀ ਤਾਕਤ ਦੇ ਬਲਬੂਤੇ ਤੇ ਇਜਾਰ ਇحتਜਾਜ ਨੂੰ ਦਬਾਅ ਦੀ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਇਸ ਬਾਤ ਕੇ ਨੂੰ ਇਨਕਲਾਬ ਅਕਾਦੀ ਆਖਿਆ ਜਾਂਦਾ ਹੈ ਇਨਕਲਾਬ ਦੇ ਹਾਮੀਆਂ ਨੂੰ ਡਰਾਇਆ ਤੇ ਧਮਕਾਇਆ ਤੇ ਕਤਲ ਵੀ ਕੀਤਾ ਗਿਆ ਪੁਲਿਸ ਨੇ ਨੇ ਠੱਗਾ 100 ਤੋਂ ਜ਼ਿਆਦਾ ਇਨਕਲਾਬੀਆਂ ਨੂੰ ਕਤਲ ਕੀਤਾ ਸਦਰ ਵੈਕਟਰ ਯੰਗੋਵਿਚ ਨੇ ਉਸ ਦੇ ਹਾਮੀ ਮੁਲਕ ਵਿੱਚੋਂ ਫਰਾਰ ਹੋ ਕੇ ਇੱਕ ਅਬੂਰੀ ਹਕੂਮਤ ਕਾਇਮ ਕਰ ਦਿੱਤੀ ਤੇ ਸਦਾਰਤੀ ਇنتਖਾਬਾਂਤ ਮਈ 2014 ਵਿੱਚ ਤੇ ਪਾਰਲਮੈਂਟ ਪਾਰਲੀਮਾਨੀ ਇنتਖਾਬਾਤ ਖਜ਼ਾਂ ਦੇ ਮੌਸਮ ਵਿੱਚ ਮੁਕਰਰ ਹੋਏ। ਇਸੇ ਦੌਰਾਨ 27 ਫਰਵਰੀ ਨੂੰ ਰੂਸੀ ਫੌਜ ਨੇ ਇੱਕ ਜਜ਼ੀਰਾ ਨਾਮਾ ਰਿਆਸਤ ਕ੍ਰੀਮੀਆ ਤੇ ਕਬਜ਼ਾ ਕਰ ਦਿੱਤਾ ਤੇ 16 ਮਾਰਚ ਨੂੰ ਪ੍ਰੋ ਰੂਸੀ ਹਕੂਮਤ ਨੇ ਇੱਕ ਨਾਮ ਨਿਹਾਰ ਡਿਫਰੈਂਡਮ ਕਰਵਾ ਕੇ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਬਣਾ ਦਿੱਤਾ। ਉਸ ਤੋਂ ਇਲਾਵਾ ਬਹੁਤ ਸਾਰੇ ਕ੍ਰੀਮੀ ਤਤਾਰੀਆਂ ਨੂੰ ਹਰਾਸਤ ਵਿੱਚ ਲੈ ਕੇ ਕਤਲ ਕਰ ਦਿੱਤਾ ਗਿਆ। ਅਜ ਵੀ 100 ਤੋਂ ਜ਼ਿਆਦਾ ਕੈਦੀ ਮੌਜੂਦ ਨੇ ਇਸੇ ਅਸਨਾ ਵਿੱਚ ਰੂਸ ਨੇ ਮਸ਼ਰਕੀ ਯੂਕਰੇਨ ਵਿੱਚ علیحدਗੀ ਪਸੰਦੀ ਦੀ ਹਵਾ ਦਿੱਤੀ 2014 ਦੀ ਬਹਾਰ ਦੇ ਵਿੱਚ ਰੂਸੀ ਫੌਜ ਨੇ ਉਸ ਦੇ ਹਾਮੀਆਂ ਤੇ ਪੂਰੇ ਮਸ਼ਰਕੀ ਯੂਕਰੇਨ ਤੇ ਕਬਜ਼ਾ ਕਰਨ ਵਾਸਤੇ ਹਮਲਾ ਕਰ ਦਿੱਤਾ ਲੇਕਿਨ ਯੂਕਰੇਨ ਦੀ ਬਹਾਦਰ ਫੌਜ ਨੇ ਜਵਾਂ ਮਰਦੀ ਦੇ ਨਾਲ ਮੁਲਕ ਦਾ ਦਿਫਾਅ ਕਰਿਆ ਤੇ ਹਮਲਾ ਆਵਰਾ ਨੂੰ ਵਾਪਸ ਧਕੇਲ ਦਿੱਤਾ 5 ਸਤੰਬਰ ਨੂੰ ਮਿੰਸਕ ਜੰਗਬੰਦੀ ਮੁਆਹਿਦਾ ਰੂਸ ਤੇ ਯੂਕਰੇਨ ਦੀਆਂ ਨਾਮ ਨਹਾਦ ਰਿਆਸਤਾਂ ਦੇ ਦਰਮਿਆਨ ਤੈਅ ਪਾਇਆ ਪਰ ਕਾਰਾਮਦ ਨਾ ਹੋਇਆ ਇਸ ਜੰਗ ਵਿੱਚ 13000 ਬੰਦੇ ਮਾਰੇ ਗਏ ਕਰੀਮੀਆਂ ਤੇ ਕਬਜ਼ਾ ਤੇ ਡੋਨਿਆਸ ਦੀ ਜੰਗ ਦੇ ਬਾਵਜੂਦ ਯੂਕਰੇਨ ਦਾ ਸਿਰਫ 10 ਫੀਸਦੀ ਇਲਾਕਾ ਬਰਾਹੇ ਰਾਸ਼ ਮਤਾਸਰ ਹੋਇਆ ਏ ਯੂਕਰੇਨ ਅੱਜ ਵੀ ਸਿਆਹਾ ਲਈ ਮੁਕੰਮਲ ਤੌਰ ਤੇ ਮਹਫੂਜ਼ ਏ ਅੱਜ ਵੀ ਯੂਕਰੇਨ ਦੀ ਆਈਟੀ ਦੀ ਸਨਦ ਤੇ ਜ਼ਰਾਤ ਦਾ ਸ਼ੋਭਾ ਬਹੁਤ ਤਰੱਕੀ ਕਰ ਰਿਹਾ ਏ ਤੇ ਮੁਲਕ ਯੂਰਪੀ ਯੂਨੀਅਨ ਦਾ ਹਿੱਸਾ ਬਨਣ ਵਾਸਤੇ ਅੱਗੇ ਵਧ ਰਿਹਾ ਏ